आजो 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 ना आजो 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 जनाब इधर ने गिन लो सर दूसरी गिन सागर गिन लो जी हाँ एक छोटियाँ हाँ वो तो बारह आते हैं चार पांच छः सात आठ नौ दस ठीक है तो ग्यारह बारह ऐसे तो अनुगल तो बयान नहीं है ਇਹਨਾਂ ਨੂੰ ਸੇਵ ਹੋ ਗਿਆ ਵੱਡੀਆਂ ਨਹੀਂ ਹੁੰਦੀਆਂ ਤੁਹਾਡਾ ਥਾਣੇ ਦੇ ਵਿੱਚ ਸੀ ਆਰੋ ਕਰਾਉਂਦੇ ਆ ਅਗਰ ਤੁਹਾਡੇ ਦੇ ਪਰਚੇ ਨਾ ਹੋਏ ਸ਼ਰਾਬ ਦੇ ਜਿਹੜਾ ਮਤਲਬ ਤੁਸੀਂ ਨਜਾਇਜ਼ ਤੋਂ ਨਹੀਂ ਆਪ ਪੀਂਦੇ ਹੋ ਤੇ ਜੇ ਤੁਹਾਡੇ ਦੇ ਪਰਚੇ ਹੋਏ ਸਰ ਔਰ ਸ਼ਰਾਬ ਫੜੇ ਜਾਂਦੇ ਆ ਅਸੀਂ ਕਈ ਵਾਰੀ ਫੜੇ ਗਏ ਆ ਪੀਂਦੇ ਆ ਤੇ ਨਹੀਂ ਹੁੰਦਾ ਸਰ ਅੰਦਿਆਂ ਬਗੈਰ ਪਰਮਿਟ ਤੇ ਕੌਣ ਫੜ ਸਕਦਾ ਤਾਂ ਉਹ ਭੈਣ ਫੜ ਲੈਵੇ ਜੇ ਤੁਹਾਨੂੰ ਪਤਾ ਹੀ ਹੈਗਾ ਕਿੰਨੀਆਂ ਵੇਚ ਲੈਂਦੇ ਮੀਂਹ ਸਹੀ ਸੀ ਦੱਸੋ ਸਰ ਮੈਂ ਕੀ ਵੇਚਣੀ ਆ ਸੀ ਰੋਟੀ ਬੱਚਿਆਂ ਦੀ ਕਮਾ ਕੇ ਲੈਂਦੇ ਉਹ ਪੁਲਿਸ ਵਾਲੇ ਆ ਗਏ ਉਹਨਾਂ ਨੂੰ ਪੁੱਛ ਲੈ ਸਾਹਮਣੇ ਕਿ ਸਰ ਕਿ ਸਾਡਾ ਇੱਕ ਮਸਲਾ ਹੱਲ ਕਰਨਾ 1 ਮਿੰਟ ਆਣਾ ਜ਼ਰਾ ਉਹ ਕਹਿੰਦੇ ਨੇ ਨਹੀਂ ਅਸੀਂ ਨਹੀਂ ਆ ਇਹ ਤੇ ਹੱਥ ਤੁਹਾਡਾ ਕਿੱਕੇ ਪੁਲਿਸ ਨਹੀਂ ਦਾਰ ਹੋ ਤੁਸੀਂ ਸਾਡੇ ਦੇ ਰਿਸਪੈਕਟੇਬਲ ਹੋ ਸਭ ਤੋਂ ਪਹਿਲੇ ਤੇ ਕ੍ਰਿਸਚੀਅਨ ਸਾਡੇ ਭਾਈ ਨੇ ਹਾਂਜੀ ਭਾਈ ਅਸੀਂ ਵੀ ਤੁਹਾਡੇ ਠੀਕ ਹੈ ਜੀ ਦੂਸਰੀ ਗੱਲ ਹੈ ਕਿ ਤੁਸੀਂ ਤੁਹਾਡਾ ਥਾਣੇ ਦੇ ਵਿੱਚ ਸੀ ਆਰੋ ਕਰਾਉਂਦੇ ਆ अगर तुहाडे परचे ना होए शराब दे जेड़ा मतलब तुसी नजायज़ तो नहीं आप पींदे हो ते जे तुहाडे परचे होए सर और शराब फड़े जांदे असी कई बारी फड़े गए आ पींदे आ ते नहीं हुंदा सर पींदे आ नहीं तुहाडे को बरामदगी हुई हुई है जाहिर है हुन जांदे आ पींदे आ फड़े जांदे आ कई अड्डे जांदे आ बगैर परमिट ते कौन फड़ सकदा ता ओ भैन फड़ लेवे जे तुहानू पता ही है परमिट ते किन्ने फड़ने आ भैन हुन इक पुलिस बुलांदे आ वेजने फड़दी कि नहीं सर है हम तो किसी मेरी मारे बंदे ने किसी ने जान के कोई मारे अली गल नहीं है फिर सारी दुनिया ਅਸੀਂ ਅਸੀਂ ਦੇ ਵੀ ਤੁਹਾਡੇ ਜੇ ਤੀਨ ਬੱਚੇ ਅਸੀਂ ਮਾਰੇ ਬੰਦੇ ਪਰਮਿਟ ਬਣਵਾਇਆ ਹੈ ਗੱਲ ਨਹੀਂ ਹੈ ਪਰਮਿਟ ਬਣਾਇਆ ਲੇਕਿਨ ਕਰਦੇ ਨਹੀਂ ਜੈਸ ਸਰ ਉਹ ਤੁਹਾਡੀ ਗੱਲ ਠੀਕ ਹੈ ਸਾਰੇ ਇੱਥੇ ਲਿਜਾਂਦੇ ਫਿਰਦੇ ਨੇ ਤੁਸੀਂ ਸਾਨੂੰ ਹੁਣ ਤੁਸੀਂ ਦੇਖ ਲੈ ਐਵੇਂ ਜਾਣ ਕੇ ਕੋਈ ਕਹਿੰਦੀ ਸਾਨੂੰ ਇਹਨਾਂ ਦੱਸੋ ਕਿੰਨੇ ਪੈਸੇ ਪਾਈਦੇ ਉਹ ਸਰ ਪੀਣ ਪੂਣ ਲਈ ਨਿਕਲ ਲਈ ਦੇ ਲੈ 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 ਨਹੀਂ ਗੱਲ ਕੋਈ ਨਹੀਂ ਤੁਸੀਂ ਵੱਡੇ ਸਾਡੇ ਭਾਈ ਹੋ ਫਿਰ ਉਹੀ ਗੱਲ ਸਰ ਨਹੀਂ ਗੱਲ ਕੋਈ ਨਹੀਂ ਜਨਾਬ ਅਰਜ਼ੇ ਛੋਟੀ ਜਿਹੀ ਤੁਸੀਂ ਵੱਡੇ ਅੱਜ ਤੇ ਮੈਂ ਨਹੀਂ ਕੋ ਤਮੀਜ਼ ਨਾਲ ਗੱਲ ਕਰ ਮੈਂ ਤੇ ਤੁਹਾਡੇ ਨਾਲ ਗੱਲ ਹੀ ਨਹੀਂ ਤੁਸੀਂ ਸਾਡੇ ਸਾਹਬ ਹੈਗੇ ਮੈਨੂੰ ਮੈਂ ਤਾਂ ਤੁਹਾਨੂੰ ਦੇਖਿਆ ਵੀ ਲੇਕਿਨ ਮੈਂ ਕੋਈ ਤੁਹਾਡੇ ਕੋਲ ਕੋ ਦੌੜਿਆ ਤੇ ਨਹੀਂ ਜਾ ਕੋ ਮੈਂ ਕੋਈ ਗਾਇਬ ਤੇ ਨਹੀਂ ਕਿਉਂ ਹੈ ਅੱਲਾ ਰਹਿਮ ਕਰੇ ਤੁਸੀਂ ਕਿਹੜਾ ਨਜਾਇਜ਼ ਕਰ ਰਹੇ ਹੋ ਪਰਮਿਟ ਤੁਹਾਡੇ ਕੋਲ ਪਰਮਿਟ ਕੋ ਲੇਕਿਨ ਪਰਚੇ ਵੀ ਤੇ ਜਨਾਬ ਦੇ ਲਾਤ ਦਾ ਸਾਰ ਹੁੰਦੇ ਨੇ ਤੁਹਾਨੂੰ ਪਤਾ ਫੜ ਲੈਂਦੇ ਨੇ ਪਿੰਦੇ ਆ ਵੀ ਕਈ ਵਾਰੀ ਫੜੇ ਗਏ ਆ ਕਈ ਵਾਰੀ ਇੱਥੋਂ ਜਾਂਦੇ ਆ ਫੜੇ ਜਾਂਦੇ ਆ ਯਾਰ ਜਦੋਂ ਪਰਮਿਟ ਹੋਏ ਤੇ ਕਿਸ ਤਰ੍ਹਾਂ ਫੜਿਆ ਜਾ ਸਕਦਾ ਉਹ ਸਰ ਤੁਸੀਂ ਦੇ ਹੁਣ ਜੇ ਮੈਂ ਉਹੀ ਤੇ ਕਹਿ ਰਿਹਾ ਕਿ ਅਗਲੇ ਤੁਹਾਨੂੰ ਮਤਲਬ ਵੇਚ ਤੇ ਉਹਨਾਂ ਨਜਾਇਜ਼ ਫਰੋਸ਼ੀ ਕਰਦੇ ਸਰ ਉਹ ਤੇ ਤੁਹਾਡੀ ਗੱਲ ਠੀਕ ਹੈ ਕਿੰਨੀਆਂ ਵੇਚ ਲੈਂਦੇ ਸਹੀ ਸੀ ਦੱਸੋ ਚਲੋ ਤਾਂ ਕਿ ਗੱਲ ਮੁਕਾਈਏ ਤਾਂ ਕਿ ਤੁਹਾਨੂੰ ਜਾਣਦੇ ਹੋ ਸਰ ਮੈਂ ਕੀ ਵੇਚਣੀ ਸੀ ਰੋਟੀ ਬੱਚਿਆਂ ਦੀ ਕਮਾ ਕੇ ਦੇਖ ਲੈਂਦੇ ਉਹ ਪੁਲਿਸ ਵਾਲੇ ਆ ਗਏ ਉਹਨਾਂ ਨੂੰ ਪੁੱਛ ਲੈ ਸਾਹਮਣੇ ਕਿ ਸਰ ਕਿ ਸਾਡਾ ਇੱਕ ਮਸਲਾ ਹੱਲ ਕਰਨਾ 1 ਮਿੰਟ ਆਣਾ ਜ਼ਰਾ ਉਹ ਕਹਿੰਦੇ ਨੇ ਨਹੀਂ ਅਸੀਂ ਨਹੀਂ ਆ ਇਹ ਤੇ ਹੱਥ ਤੁਹਾਡਾ ਅਸੀਂ ਤੁਹਾਨੂੰ ਜਾਣਦੇ ਆਂਗੇ ਭਾਈ ਨਾ ਗੱਲ ਹੁੰਦੇ ਪੁਲਿਸ ਤੋਂ ਕੋਈ ਤੁਸੀਂ ਐ ਪੁਲਿਸ ਤੋਂ ਕੋਈ ਲੈਣਾ ਦੇਣਾ ਨਹੀਂ ਤੇ ਸਾਨੂੰ ਕਦ ਮੈਂ ਤੁਹਾਨੂੰ ਫੇਰ ਪੁੱਛਣਾ ਕਿ ਮਹੀਨੇ ਦੀ ਕਿੰਨੀਆਂ ਵੇਚ ਭਾਈ ਨਾ ਖਾਨ ਅਸੀਂ ਤੇ ਹੁਣ ਦੇਖੋ ਮੈਂ ਪਰਮਿਟ ਬਣਵਾਇਆ ਹੈ ਵਿੱਚੋਂ ਬੱਚਿਆਂ ਦੀ ਰੋਟੀ ਵੀ ਨਿਕਲ ਆਂਦੀ ਹੈ ਸਿੱਧੀ ਗੱਲ ਤੁਹਾਡੇ ਨਾਲ ਗਲਤ ਬਿਆਨੀ ਨਹੀਂ ਗਈ ਕਿੰਨੀ ਕੋ ਨਿਕਲ ਤੇ ਮਾਰੇ ਬੰਦਿਆਂ ਕਿਰਾਏ ਤੇ ਮਗਾਣ ਹੈ ਠੀਕ ਹੈ ਅਸੀਂ ਕੋਈ ਚੋਰੀ ਡਾਕੂ ਨਹੀਂ ਕਰਦੇ ਪਏ ਅਸੇ ਲਈ ਕਿ ਜਿਹੜਾ ਕੋ ਰੋਟੀ ਬੱਚਿਆਂ ਦੀ ਵੇਚ ਦਿਓਗੇ ਤੁਸੀਂ ਜਾ ਕੇ ਕਿੰਨੇ ਦੀ ਵੇਚ ਲੈਂਦੇ ਹੋ ਉਹ 200 ਰੁਪਿਆ ਲੱਭ ਜਾਂਦਾ 2-3 ਬੋਤਲ ਮਗਰ ਸਿਰਫ ਹਾਂਜੀ ਨਾ ਯਾਰ ਐਨਾ ਹੀ ਹੁੰਦਾ ਤੁਹਾਡੇ ਨਾਲ ਗਲਤ ਗੱਲ ਕਰ ਤੋ ਕਿ ਬੋਤਲਾਂ ਜੇ ਵੇਚ ਗਿਆ ਤਾਂ 600 मतलब बारह बोतल 2400 ਕਰਾਏ ਤੇ ਮਕਾਨ ਹੈ ਆਪਦਾ ਕਿੰਨਾ ਹਾਂਜੀ ਨਦੀਮ ਦੀਮਸੀ ਹਾਂਜੀ ਭਾਈ ਬੰਦਾ 2400-2500 ਰੁਪਿਆ ਸੇ ਆਪਣੀ ਜ਼ਿੰਦਗੀ ਦਾ ਤੇ ਲਾ ਹਾਂ ਬਿਲਕੁਲ ਇਹ ਵੀ ਬੜੀ ਜੀਬ ਉਹ ਆਪਣੇ ਜੀਆਂ ਜੀਆਂ ਨੂੰ ਦੇ ਲਈ ਤੇ ਤੁਹਾਨੂੰ ਐਵੇਂ ਕਹੀਏ ਭਰਾਵਾ ਪੁੱਛੇ ਵੀ ਕਰਾ ਲਈ ਐਵੇਂ ਤੁਹਾਨੂੰ ਕਹੀਏ ਪਿੰਦੇ ਆਪਾਂ ਲਾਗੇ ਵੀ ਕੀਤਾ ਹੈ ਸਾਹਿਬ ਹੁਣ ਕੱਟ ਕੇ ਦਿਖਾਓ ਤਾਂ ਕੀ ਕਿੰਨੀ ਹੈ ਉਹਦੇ ਮੁਤਾਬਕ ਆ ਜਾਓ नहीं सर पीती कि जनाब ने ਅਗੇਨ ਲੋ ਸਰ ਤੁਸੀਂ ਗੇਨ ਸਕਦੇ
ਭਾਵੇਂ ਨਾ ਗਿਣ ਸਕਦੇ ਗਿਣ ਲਓ ਜੀ ਹਾਂ ਇਹ ਛੋਟੀਆਂ ਹਾਂ ਹੋਰ ਤੇ 12 ਅੱਧੇ ਨੇ 4 5 6 7 8 9 10 ਠੀਕ ਤੇ 11 12 ਹਾਂ ਅਸੀਂ ਤੁਹਾਨੂੰ ਗੱਲ ਤੇ ਬਿਆਨ ਨਹੀਂ ਹੈ ਇਹਨਾਂ ਨੂੰ 6 ਬੋਲ ਲਾ ਦੇ ਵੱਡੀਆਂ ਨਹੀਂ ਹੁੰਦੀਆਂ ਸਰ ਕਿੰਨੇ ਅੱਧੇ ਮਗਰ ਕਿੰਨਾ ਪੈਸਾ ਬਣ ਇੱਕ ਅੱਧੇ ਮਗਰ ਕਿੰਨੇ ਬਣ ਜੀ ਬੋਸ ਤੁਹਾਨੂੰ ਦੱਸਿਆ ਤੇ ਹੈ 100 ਰੁਪਏ ਹਾਂ ਤੇ ਯਾਨੀ ਕਿ 2400 ਰੁਪਏ ਦੀ ਦਿਹਾੜੀ ਲਾਈ ਰੋਟੀ ਬੱਚਿਆਂ ਨੇ ਤੇ ਪੁਲਿਸ ਫੜਦੇ ਤੇ ਫੇਰ ਸਾਹ ਫੇਰ ਕੀ ਕਰ ਸਕਨੇ ਬੱਚਿਆਂ ਦੀ ਰੋਟੀ ਕਮਾਈ ਦੀ ਤੁਹਾਨੂੰ ਗਲਤ ਬਿਆਨ ਨਹੀਂ ਤੁਹਾਡੇ ਨਾਲ ਕੀ ਹੁਣ ਸਾਨੂੰ ਮਾਰੇ ਬੰਦੇ ਠੀਕ ਹੈ ਅਸੀਂ ਪਰਮਨ ਨੂੰ ਦਾ ਕੀ ਸੇਤ ਤੁਹਾਨੂੰ ਖੁਦਾ ਬਰਕਤ ਦੇਵੇ ਤੁਸੀਂ ਵੀ ਅੱਲਾਹ ਦੇ ਬੰਦੇ ਹੋ ਅਸੀਂ ਵੀ ਨਹੀਂ ਨਹੀਂ ਤੁਹਾਨੂੰ ਖੁਦਾ ਹਿੰਮਤ ਆ ਕੇ ਤੁਹਾਡਾ ਚੈਨਲ ਚੱਲਦਾ ਰਹੇ ਅਸੀਂ ਤੇ ਇਹੀ ਆ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਕਹਿ ਰਹੇ ਅੰਸਰਾ ਸਭ ਦੀ ਕਿੰਨੇ ਪਰਚੇ ਇੱਕ ਹੋਏਗਾ ਇੱਕ ਦੋ ਹੋਣਗੇ ਆ ਵੀ ਇੰਨੇ ਕਈ ਵਾਰੀ ਹਾਂਜੀ ਇੰਨੇ ਕੋ ਹੈ ਨਾ ਦੋ ਕੋ ਸਰ ਨਾ ਕਰਿਆ ਚੈੱਕ ਕਰ ਹੋ ਨਾ ਮਾਈ ਬਾਪ ਜੇ ਤਿੰਨ ਬੱਚੇ ਆ ਲੋਕਾਂ ਦੀ ਚਾਰ ਧੀਆਂ ਨੇ ਇੱਕ ਪੁੱਤਰ ਹੈ ਜ਼ਹਿਰ ਕੋਲ ਦੇ ਨਹੀਂ ਮੈਨੂੰ ਮਾਫ ਕਰ ਦੇ ਐਂਦਾ ਤਾਂ ਨਹੀਂ ਹੋਏਗਾ ਮੈਂ ਕਿਤੇ ਨੌਕਰੀ ਤੇ ਲੱਗ ਜਾਵਾਂ ਹੋਰ ਨਹੀਂ ਕਿ ਹਰ ਬੰਦੇ ਕਿ ਨੌਕਰੀ ਤੇ ਵੀ ਲੱਗ ਜਾਵਾਂਗੇ ਲੇਕਿਨ ਐ ਕਿ ਆਪਣੇ ਟੀਮ ਲਈ ਰੱਖਾਂਗੇ ਵਿੱਚ ਆ ਨੌਕਰੀ ਤੇ ਵੀ ਮਿਹਰਬਾਨੀ ਤੇ ਪੀਣ ਲਈ ਵੀ ਰੱਖੋਗੇ ਤੇਰਾ ਮਿਹਰਬਾਨੀ ਤੁਹਾਡੇ ਤੁਸੀਂ ਸਾਡੇ ਅਫਸਰ ਹੈਗੇ ਨਹੀਂ ਅੱਲਾ ਮਾਫ ਮੈਂ ਮੇਰੀ ਬਾਤ ਹੀ ਕੋਈ ਨਹੀਂ ਮੈਂ ਇੰਨੀ ਵੀ ਜ਼ਰੂਰੀ ਨਹੀਂ ਰੱਖਦਾ ਤੁਹਾਨੂੰ ਹੋ ਸਕਾ ਹਾਂ ਮੈਂ ਨਹੀਂ ਕਰ ਸਕਦਾ ਕਿ 15 ਤੇ ਕਰ ਨਾ ਕਰਿਆ ਕਰੋ ਮਾਈ ਸਾਹਿਬ ਨਾ ਕਰਿਆ ਕਰੋ ਸਰਕਾਰ ਮਾਈ ਮਾਫ ਤੁਹਾਡੇ ਬੱਚੇ ਠੀਕ ਹੋ ਗਏ ਮਿਹਰਬਾਨੀ ਕੋਈ ਨਹੀਂ ਜਾਓ ਬੇਰੋਜ਼ਗਾਰੀ ਹੀ ਇਤਨੀ ਹੈ ਬੇਰੋਜ਼ਗਾਰੀ ਇਤਨੀ ਹੈ ਉਹ ਵਿਚਾਰਾ ਆਪਣੀ ਜਾਨ ਰਿਸਕ ਤੇ ਰੱਖ ਕੇ ਬੱਚੋ ਕੀ ਰੋਜ਼ੀ ਰੋਟੀ ਕਮਾਤਾ ਹੈ ਅਗਰ ਇਹ ਉਹ ਮਨਸ਼ਿਆ ਸਰੋਸ਼ੀ ਵੀ ਨਾ ਕਰੇ ਤਾਂ ਸ਼ਾਇਦ ਉਸਕੇ ਬੱਚੇ ਹੀ ਭੁੱਖੇ ਮਰ ਜਾਏ ਹਾਲਤ ਦੇਖੀ ਆਪਨੇ ਉਸਕੀ ਸਾਈਕਲ ਕੇ ਉੱਪਰ ਹੈ 200-300 ਰੁਪਏ ਬੋਤਲ ਕੇ ਉੱਪਰ ਬੈਠਾ ਉਸੇ ਔਰ ਉਹ ਪਰਮਿਟ ਕੇ ਉੱਪਰ ਲੈ ਕੇ ਗਿਆ ਇਹ ਵੀ ਨਹੀਂ ਕਿ ਕੋਈ ਨਾਨ ਪਰਮਿਟ ਲੈ ਕੇ ਗਿਆ ਜਾਂ ਮੈਂ ਉਸਕੇ ਸਾਥ ਇਸ ਤਰ੍ਹਾਂ ਕਰੂੰ ਓਹੋ ਹਾਲਾਤ ਬੜੇ ਗਲਤ ਜਗ੍ਹਾ ਪਰ ਜਾ ਰਹੇ ਹੈ ਅਬ ਇਸਕੋ ਰੋਕਣਾ ਜਾਂ ਇਸਕੋ ਪਕੜਵਾਉਣਾ ਕਿਤਨਾ ਬੜਾ ਮੈਂ ਆਪਣੇ ਜ਼ਮੀਰ ਕੋ ਮਾਫ ਨਹੀਂ ਤਾਂ ਕਰ ਸਕਦਾ ਉਸਨੇ ਸਾਫ ਬਤਾ ਦਿਆ ਬੱਚੋ ਕੀ ਰੋਜ਼ੀ ਰੋਟੀ ਕਰਤਾ ਹੂੰ ਦਿਲ ਹੀ ਫਟ ਗਿਆ ਇਹ ਲਫ਼ ਸੁਣ ਕੇ ਖੁਦਾ ਕੀ ਕਸਮ ਕਿ ਯਾਨੀ ਕਿ ਆਜ ਇਹ ਨਹਿਜ ਆ ਗਈ ਕਿ ਕਾਮ ਕੇ ਲਈ ਤਾਂ ਕੋਈ ਧੰਦਾ ਹੈ ਨਹੀਂ ਅਬ ਯਹੀ ਇੱਕ ਦੋ ਨੰਬਰ ਦੋ ਚਾਰ ਕਾਮ ਰਹਿ ਗਏ ਉਹ ਕਰ ਲਓ ਤਾਂ ਰੋਟੀ ਖਾ ਲਓ ਸੋਚੀਏ ਥੋੜ੍ਹਾ ਸਾ ਜ਼ਰੂਰ ਵਰਨਾ ਮਾਸ਼ਰਾ ਪੂਰਾ ਯਹੀ ਕਾਮ ਕਰਨੇ ਲੱਗ ਪੜੇਗਾ ਆਪਣਾ ਖਿਆਲ ਰੱਖੀਏ ਗੱਲਾਂ